ਤੋਂ ਦਵਾਈ ਲੈ ਕੇ ਅਤੇ ਫੁੱਟਪਾਥ 'ਤੇ ਨਾਲ ਨਾਲ ਜਾ ਰਹੇ ਸੀ ਅਤੇ ਪਿੱਛੋਂ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਅਤੇ ਜਿਹਦੇ ਨਾਲ ਵੀ ਕਾਫ਼ੀ ਜ਼ਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ। ਉਹ ਜ਼ਰੀਏ ਇਲਾਜ ਅੰਮ੍ਰਿਤਸਰ ਸਾਹਿਬ ਅਮਨਦੀਪ ਹੋਸਪਿਟਲ 'ਚ ਨੇ, ਪ੍ਰਾਈਵੇਟ ਹੋਸਪਿਟਲ 'ਚ। ਚਾਚਾ ਜੀ ਦੀ ਮੌਕੇ 'ਤੇ ਡੈੱਥ ਹੋ ਗਈ ਅਤੇ ਕੋਈ ਕਰੀਬੀ ਸਾਡੇ ਉੱਥੇ ਪਿੰਡ ਦੇ ਸੀ, ਜਿਹਨਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਘੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ। ਸਾਡੇ ਪਹੁੰਚਦਿਆਂ ਤੱਕ ਡੈੱਥ ਹੋ ਚੁੱਕੀ ਸੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਮੇਰਾ ਨਾਮ ਰਜਿੰਦਰ ਸਿੰਘ ਹੈ ਜੀ, ਮੈਂ ਨਸੀਰਾ ਖਲਚੀਆਂ ਦਾ ਰਹਿਣ ਵਾਲਾ ਜੀ। ਮੇਰੇ ਚਾਚਾ ਜੀ ਨੇ ਜੀ, ਹਾਂਜੀ, ਇਹ ਹਾਦਸਾ ਜੀ ਅਮਨਦੀਪ ਹੋਸਪਿਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ, ਉੱਥੋਂ ਦਵਾਈ ਲੈ ਕੇ ਅਤੇ ਫੁੱਟਪਾਥ 'ਤੇ ਨਾਲ ਨਾਲ ਜਾ ਰਹੇ ਸੀ ਅਤੇ ਪਿੱਛੋਂ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਅਤੇ ਜਿਹਦੇ ਨਾਲ ਵੀ ਕਾਫ਼ੀ ਜ਼ਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ। ਉਹ ਜ਼ਰੀਏ ਇਲਾਜ ਅੰਮ੍ਰਿਤਸਰ ਸਾਹਿਬ ਅਮਨਦੀਪ ਹੋਸਪਿਟਲ 'ਚ ਨੇ, ਪ੍ਰਾਈਵੇਟ ਹੋਸਪਿਟਲ 'ਚ। ਚਾਚਾ ਜੀ ਦੀ ਮੌਕੇ 'ਤੇ ਡੈੱਥ ਹੋ ਗਈ ਅਤੇ ਕੋਈ ਕਰੀਬੀ ਸਾਡੇ ਉੱਥੇ ਪਿੰਡ ਦੇ ਸੀ, ਜਿਹਨਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਘੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਅਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ। ਸਾਡੇ ਪਹੁੰਚਦਿਆਂ ਤੱਕ ਡੈੱਥ ਹੋ ਚੁੱਕੀ ਸੀ। ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਨਾ ਚਾਹੁੰਦੇ ਹਾਂ ਵੀ ਜਲਦ ਤੋਂ ਜਲਦ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਕੀ ਨਾਮ ਤੁਹਾਡਾ? ਸੁਖਵਿੰਦਰ ਸਿੰਘ ਜੀ। ਸੁਖਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ? ਮੇਰਾ ਪਿੰਡ ਮਹਿਮਾ ਜੀ, ਆਲਬਾਦ, ਫਿਰੋਜ਼ਪੁਰ ਸ਼ਹਿਰ ਜੀ। ਇਹ ਜਿਹੜਾ ਐਕਸੀਡੈਂਟ ਹੋਇਆ ਕਿੰਦਾ ਹੋਇਆ ਤੇ ਕਿੰਨੀ ਉਮਰ ਸੀ? ਇਹ ਮੇਰੀ ਭੂਆ ਜੀ ਦਾ ਬੇਟਾ ਜੀ ਤੇ ਉਹਨਾਂ ਦੀ ਨੂੰਹ ਸੀ ਨਾਲ। ਦਵਾਈ ਲੈ ਕੇ ਅਮਨਦੀਪ ਹੋਸਪਿਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਵਜੀਦਪੁਰ ਸਾਹਿਬ ਮੱਥਾ ਟੇਕਣ ਵਾਸਤੇ। ਜਦੋਂ ਅੱਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੀ ਹੈ ਤੇ ਉਹ ਗੱਡੀ ਮਗਰੋਂ ਵੱਜੀ ਹੈ ਜੀ ਤੇ ਉਹਨੇ ਸਾਡੇ ਜਿਹੜਾ ਭੂਆ ਜੀ ਦੇ, ਹਾਂਜੀ, ਮੋਟਰਸਾਈਕਲ ਤੇ ਸਵਾਰ ਸੀ। ਹਾਂਜੀ 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 ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜੇਰੇ ਇਲਾਜ ਜੀ ਅੰਮ੍ਰਿਤਸਰ ਦੇ, ਹਾਂਜੀ, ਬਹੁਤ ਜ਼ਿਆਦਾ ਸੱਟਾਂ ਲੱਗੀਆਂ। ਬਸ ਕਾਰਵਾਈ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ, ਬੰਦ ਜਿਹੜੀ ਸਖਤੀ ਜੋ ਵੀ ਬੰਦ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਜੀ ਸਾਰੇ। ਇਹ ਜੀ ਅਮਨਦੀਪ ਹੋਸਪਿਟਲ ਤੋਂ ਇਹ ਜਿਹੜਾ ਮਰਨ ਵਾਲਾ ਬਘੇਲ ਸਿੰਘ ਹੈ, ਸਨ ਆਫ ਗੁਰਲਾਲ ਸਿੰਘ, ਵਾਸੀ ਨਸੀਰਾ ਖਲਚੀਆਂ ਦਾ,
ਉੱਥੋਂ ਦਵਾਈ ਵਗੈਰਾ ਲੈ ਕੇ ਅਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰੇ ਵਜੀਰਪੁਰ ਮੱਥਾ ਟੇਕਣ ਵਾਸਤੇ। ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ, ਉਹਦੀ ਟੱਕਰ ਵੱਜੀ। ਉਹ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ, ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ, ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਵਕੀਲ ਸਿੰਘ ਉਹਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਹੋਸਪਿਟਲ ਅਮਨਦੀਪ ਪਤਾ ਲੱਗਿਆ ਸੀ। ਉੱਥੋਂ ਰੁਕਾ ਆਉਣ 'ਤੇ ਫਿਰ ਅਸੀਂ ਕਾਰਵਾਈ ਕੀਤੀ ਹੈ। ਜਿਹੜੀ ਉਹਦੀ ਵਾਈਫ ਕੁਲਜੀਤ ਕੌਰ ਆ ਉਹ ਅੰਮ੍ਰਿਤਸਰ ਦਾਖਲ ਹੈ। ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕੱਦਮਾ ਦਰਜ ਕਰਤਾ, ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ। ਪੋਸਟਮਾਰਟਮ ਹੁਣ ਕਰਨ ਤੋਂ ਬਾਅਦ ਡੈਡ ਬੋਡੀ ਜਿਹੜੀ ਵਾਰਸਾਂ ਦੇ ਹਵਾਲੇ ਕੀਤੀ ਜਾ ਰਹੀ ਹੈ। ਗੱਡੀ ਚਾਲਕ ਫੜਿਆ ਗਿਆ? ਹਾਂਜੀ, ਗੱਡੀ ਚਾਲਕ ਫੜਿਆ ਅੱਜ ਕੱਲ੍ਹ। ਹਾਂਜੀ, ਕਾਰਵਾਈ ਕੀਤੀ ਜਾ ਰਹੀ ਹੈ।